ਨਮਸਕਾਰ ਦੋਸਤੋ ਮੈਂ ਸੰਦੀਪ ਰੁਜ਼ਗਾਰ ਪੰਜਾਬ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਅੱਜ ਦੀ ਜਿਹੜੀ ਸਾਡੀ ਵੀਡੀਓ ਹੋਣ ਵਾਲੀ ਹੈ ਇਸ ਦੇ ਵਿੱਚ ਅਸੀਂ ਪੰਜਾਬ ਪਟਵਾਰੀ ਦੀ ਨਵੀਂ ਭਰਤੀ ਬਾਰੇ ਗੱਲ ਕਰਾਂਗੇ ਕਿ ਕਦੋਂ ਇਸ ਦੀ ਨੋਟੀਫਿਕੇਸ਼ਨ ਆਊਗੀ ਕੀ ਇਸ ਦੀ ਜੈ ਐਜੂਕੇਸ਼ਨਲ ਕੁਆਲਿਫਿਕੇਸ਼ਨ ਹੋਏਗੀ ਔਰ ਕਿੰਨੀਆਂ ਅਸਾਮੀਆਂ ਜਿਹੜੀਆਂ ਨੇ ਪੈਂਡਿੰਗ ਨੇ ਆਲਰੇਡੀ ਔਰ ਕਿੰਨੀ ਵੈਕੈਂਸੀ ਇਸ ਵਾਰ ਆਣ ਵਾਲੀ ਹੈ ਇਹ ਸਾਰਾ ਕੁਝ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲੇ ਹਾਂ ਇਸ ਤੋਂ ਇਲਾਵਾ ਜਿੰਨੇ ਵੀ ਤੁਹਾਡੇ ਡਾਊਟ ਹੋਣਗੇ ਮੈਂ ਕੋਸ਼ਿਸ਼ ਕਰਾਂਗਾ ਕਿ ਐਸੇ ਵੀਡੀਓ ਦੇ ਵਿੱਚ ਹੀ ਮੈਂ ਉਸ ਨੂੰ ਖਤਮ ਵੀ ਕਰਾਂ ਤਾਂ ਤੁਸੀਂ ਵੀਡੀਓ ਨੂੰ ਅਖੀਰ ਤੱਕ ਵੇਖਣਾ ਹੈ ਅਖੀਰ ਤੱਕ ਵੇਖਣ ਤੋਂ ਬਾਅਦ ਜੋ ਵੀ ਤੁਹਾਡੇ ਡਾਊਟ ਹੋਣਗੇ ਉਹ ਸਾਰੇ ਕਵਰ ਜਾਂਗੇ ਤੁਸੀਂ ਕਰਨਾ ਕੀ ਹੈ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਸ਼ੁਰੂਆਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਪੰਜਾਬ ਪਟਵਾਰੀ ਦੀ ਜੇਕਰ ਮੈਂ ਗੱਲ ਕਰਾਂ ਤਾਂ 2019-20 ਦੇ ਵਿੱਚ ਵੀ ਇਸ ਦੀਆਂ ਵੈਕੈਂਸੀਜ਼ ਆਈਆਂ ਸਿਗੀਆਂ 1090 ਉਸ ਤੋਂ ਬਾਅਦ ਲਾਸਟ ਇਅਰ 2023 ਦੇ ਵਿੱਚ ਵੀ 710 ਅਸਾਮੀਆਂ ਸਨਗੀਆਂ ਔਰ ਕਾਫੀ ਟਾਈਮ ਤੋਂ ਚਰਚਾ ਚੱਲ ਰਹੀ ਸੀਗੀ ਕਿ 586 ਵੈਕੈਂਸੀਆਂ ਨੇ ਜਾਂ 686 ਵੈਕੈਂਸੀਆਂ ਵੈਕੈਂਸੀਜ਼ ਨੇ ਮਾਨ ਸਾਹਿਬ ਨੇ ਆਪ ਹੀ ਕਹਿਆ ਸੀਗਾ ਵੈਸੇ ਤਾਂ ਤਾਂ ਹੁਣ ਗੱਲ ਇਹ ਹੈ ਕਿ ਜਿਹੜੀਆਂ ਵੈਕੈਂਸੀਜ਼ ਨੇ ਜੋ ਇਸ ਸਾਲ ਆਉਣ ਵਾਲੀਆਂ ਨੇ ਉਹ 1000 ਨੇ ਠੀਕ ਹੈ ਔਰ ਇਹ 1000 ਵੈਕੈਂਸੀਜ਼ ਬਾਰੇ ਗੱਲ ਕਿੰਨੇ ਕੀਤੀ ਹੈ ਰੈਵਨਿਊ ਡਿਪਾਰਟਮੈਂਟ ਦੇ ਸਪੈਸ਼ਲ ਚੀਫ ਸਕੱਟਰੀ ਨੇ ਠੀਕ ਹੈ ਪੂਰੀ ਗੱਲ ਕਰਾਂਗੇ ਵੀਡੀਓ ਦੇ ਅਖੀਰ ਤੱਕ ਤੁਸੀਂ ਸਾਰਿਆਂ ਨੇ ਬਨੇ ਰਹਿਣਾ ਹੈ ਸਭ ਤੋਂ ਪਹਿਲਾਂ ਜੀ ਟ੍ਰਿਬਿਊਨ ਦਾ ਅਸੀਂ ਇੱਕ ਆਰਟੀਕਲ ਵੇਖਦੇ ਹਾਂ ਉਸ ਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਹੈ ਕਿ ਸ਼ੋਰਟੇਜ ਹੋ ਰਹੀ ਹੈ ਪੰਜਾਬ ਪਟਵਾਰੇ ਦੀ ਪੰਜਾਬ ਦੇ ਵਿੱਚ ਉਸ ਕਰਕੇ 9000 ਪਟਵਾਰੀ ਹਾਇਰ ਕਰਨ ਦੀ ਗੱਲ ਕੀਤੀ ਗਈ ਹੈ ਜੀ ਠੀਕ ਹੈ ਹਾਇਰ ਕਰ ਰਹੇ ਨੇ 1090 ਪਟਵਾਰੀ ਕਹਿੰਦਾ ਪਰ ਅਰਥ ਇਹ ਹੈ ਕਿ 1000 ਵੈਕੈਂਸੀਜ਼ ਪਟਵਾਰੀ ਦੀਆਂ ਹੋਰ ਆਉਣ ਵਾਲੀਆਂ ਨੇ ਉਸ ਤੋਂ ਬਾਅਦ ਕੀ ਕਿਹਾ ਕਿ ਗਵਰਨਮੈਂਟ ਕੀ ਕਰਨੀ ਸੀਗੀ ਕਿ ਜਿਹੜੇ ਪਟਵਾਰੀ ਰਿਟਾਇਰ ਹੋਏ ਸੀਗੇ ਉਹਨਾਂ ਦਾ ਜਿਹੜਾ ਟੈਨਰ ਹੈ ਨਾ ਉਹਨੂੰ ਐਕਸਟੈਂਡ ਕੀਤਾ ਜਾ ਰਿਹਾ ਸੀਗਾ ਰਿਟਾਇਰਡ ਪਟਵਾਰੀ ਨੂੰ ਫਿਰ ਤੋਂ ਰੱਖਿਆ ਜਾ ਰਿਹਾ ਸੀਗਾ ਠੀਕ ਹੈ 400 ਜਿਹੜੇ ਰਿਟਾਇਰਡ ਪਟਵਾਰੀ ਸੀਗੇ 6 ਮਹੀਨੇ ਲਈ ਉਹਨਾਂ ਦਾ ਜਿਹੜਾ ਟੈਨਰ ਸੀਗਾ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ ਸੀਗਾ ਠੀਕ ਹੈ ਇਹ ਲਿਖਿਆ ਹੋਇਆ ਉਹ ਤੋਂ ਬਾਅਦ ਕੀ ਕਿਹਾ ਗਿਆ ਹੈ ਕਿ ਭਈ 700 ਜਿਹੜੇ ਪਟਵਾਰੀ ਸੀਗੇ 710 ਵੈਕੈਂਸੀਆਂ ਸੀਗੇ ਟੋਟਲ ਉਹ ਜਿਹੜੇ ਪਟਵਾਰੀ ਪਿਛਲੇ ਸਾਲ ਸਿਲੈਕਟ ਹੋਏ ਨੇ ਉਹ ਹਜੇ ਟ੍ਰੇਨਿੰਗ ਦੇ ਵਿੱਚ ਨੇ 18 ਮਹੀਨੇ ਦੀ ਟ੍ਰੇਨਿੰਗ ਜਿਹੜੀ ਹੈਗੀ ਹੈ ਹੈ ਕਿ ਨਹੀਂ ਉਹ ਟ੍ਰੇਨਿੰਗ ਦੇ ਵਿੱਚ ਨੇ ਇਸ ਕਰਕੇ ਹਜੇ ਉਹ ਫੁੱਲ ਫਲੈਜ ਜਿਹੜਾ ਜੋਇਨ ਨਹੀਂ ਕਰ پا ਰਹੇ ਨੇ ਇਸ ਕਰਕੇ ਇਸ ਕਰਕੇ ਇਹ ਜਿਹੜੇ ਪਟਵਾਰੀ ਨੇ 400 ਜਿਹੜੇ ਰਿਟਾਇਰਡ ਪਟਵਾਰੀ ਸੀਗੇ ਇਹਨਾਂ ਦੇ ਟੈਨਿਓਰਸ ਨੂੰ ਐਕਸਟੈਂਡ ਕੀਤਾ ਗਿਆ ਹੈ ਠੀਕ ਹੈ ਇਹ ਜਿਹੜਾ ਆਰਟੀਕਲ ਹੈ ਹਜੇ ਖਤਮ ਨਹੀਂ ਹੋਇਆ ਇਸੇ ਆਰਟੀਕਲ ਦੇ ਵਿੱਚ ਅੱਗੇ ਲਿਖਿਆ ਸੀਗਾ ਕਿ ਟੋਟਲ ਜਿਹੜੀਆਂ ਪੋਸਟਾਂ ਨੇ ਪਟਵਾਰੀ ਦੀਆਂ ਟੋਟਲ ਪੋਸਟਾਂ ਕਹਿ ਰਹੇ ਆ ਦੋਸਤੋ ਉਹ ਕਿੰਨੀਆਂ ਨੇ ਜੀ 3660 ਪੋਸਟਾਂ ਨੇ ਠੀਕ ਹੈ ਇਨਫੋਰਮੇਸ਼ਨ ਕੀ ਕਹਿੰਦੀ ਹੈ ਕਿ ਭਈ 3660 ਟੋਟਲ ਪੋਸਟਾਂ ਨੇ ਪਟਵਾਰੀ ਦੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਵਿੱਚੋਂ 2000 ਹਜੇ ਵੀ ਖਾਲੀ ਨੇ 2000 ਪੋਸਟਾਂ ਖਾਲੀ ਨੇ 3660 ਵਿੱਚੋਂ ਮਤਲਬ ਕਿ 1660 ਪਟਵਾਰੀ ਕੰਮ ਕਰ ਰਹੇ ਨੇ ਕੁਝ ਹੋ ਸਕਦਾ ਟ੍ਰੇਨਿੰਗ ਦੇ ਵਿੱਚ ਵੀ ਹੋਣ ਔਰ 2000 ਪੋਸਟਾਂ ਜਿਹੜੀਆਂ ਨੇ ਨਾ ਉਹ ਖਾਲੀ ਨੇ ਇਹਦਾ ਰੀਜ਼ਨ ਕੀ ਆ ਬਾਈ ਦੇਖੋ ਤੁਸੀਂ ਕਹੋਗੇ ਕਿ ਬਾਈ 1090 ਪਟਵਾਰੀ ਪਹਿਲਾਂ ਪਰ 3 ਕਿਤੇ ਸੀਗੇ 700 ਹੁਣ ਹੋਗੇ ਇਹ ਤਾਂ 1800 ਹੋਗੇ ਟੋਟਲ ਹੈ ਨਾ 1090 ਤੇ 710 ਕਿੰਨੇ ਹੋ ਗਏ 1800 ਹੋਗੇ ਤਾਂ ਇੰਨੇ ਇੰਨੇ ਖਾਲੀ ਕਿੱਦਾਂ ਹੋ ਸਕਦੇ ਨੇ ਹੈਂ ਕਿਉਂਕਿ ਦੇਖੋ ਹੁੰਦਾ ਕੀ ਹੈ ਕਿ ਜਦੋਂ ਪਟਵਾਰੀ ਦੀ ਸਿਲੈਕਸ਼ਨ ਹੋਈ ਸੀਗੀ 1090 ਜਿਹੜੇ ਸਿਲੈਕਟ ਹੋਏ ਸੀਗੇ ਸਤ ਤਨਖਾਹਾਂ ਤੁਹਾਨੂੰ ਪਤਾ ਹੀ ਹੈ ਕਿੰਨੀਆਂ ਸੀਗੀਆਂ ਹੈਨਾ ਪਹਿਲਾਂ ਤਨਖਾਣ ਹੀ ਦਿੰਦੇ ਹੁੰਦੇ ਸੀ ਦਿੰਦੀ ਸੀਗੀ ਗਵਰਨਮੈਂਟ ਔਰ ਇਹ ਕਰਦੇ ਵੀ ਇਹ ਤਾਂ ਥੋੜੀ ਤਨਖਾਹ ਦਿੰਦੀ ਹੁੰਦੀ ਸੀ ਹੈ ਕਿ ਨਹੀਂ ਤਾਂ ਇਸ ਕਰਕੇ ਕਈ ਅਜਿਹੇ ਪਟਵਾਰੀ ਸੀਗੇ ਜਿਹੜੇ ਅਲੱਗ ਅਲੱਗ ਹੋਰ ਜਿਹੜੇ ਪੋਸਟਾਂ ਸੀਗੇ ਉਹਨਾਂ ਨੇ ਉਹ ਜੁਆਇਨ ਕੀਤੀਆਂ ਸੀਗੀਆਂ ਕਿਉਂਕਿ ਦੇਖੋ ਜਦੋਂ ਐਗਜ਼ਾਮ ਕਲੀਅਰ ਹੋਣਾ ਸ਼ੁਰੂ ਹੁੰਦਾ ਹੈ ਨਾ ਉਹ ਤਾਂ ਇਹ ਨਹੀਂ ਹੈ ਕਿ ਕੱਲਾ ਪਟਵਾਰੀ ਦਾ ਪੇਪਰ ਤੁਹਾਡਾ ਕਲੀਅਰ ਹੋਇਆ ਬਾਕੀ ਕੋਈ ਨਹੀਂ ਹੋ ਇੱਕ ਬੱਚਾ ਜਿਹੜਾ ਮਲਟੀਪਲ ਐਗਜ਼ਾਮ ਕਲੀਅਰ ਕਰਦਾ ਹੁੰਦਾ ਇਹ ਗੱਲ ਤੁਹਾਨੂੰ ਮੰਨਣੀ ਪਵੇਗੀ ਜਦੋਂ ਅਸੀਂ ਤਿਆਰੀ ਕਰਦੇ ਹਾਂ ਜਿਵੇਂ ਮੰਨ ਲਓ ਅਸੀਂ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਸ਼ੁਰੂ ਕੀਤੀ ਹੈ ਤਾਂ ਅਸੀਂ ਕੱਲੀ ਪਟਵਾਰੀ ਦੀ ਤਿਆਰੀ ਨਹੀਂ ਕੀਤੀ ਅਸੀਂ ਪੀਐਸ ਪੀਸੀਐਲ ਦੀ ਤਿਆਰੀ ਵੀ ਕੀਤੀ ਹੈ ਅਸੀਂ ਪੀਟਰੀਪਲੱਸ ਵੀ ਕਲਰਕ ਦੀ ਤਿਆਰੀ ਵੀ ਕੀਤੀ ਹੈ ਅਸੀਂ ਸਬ ਇਨਸਪੈਕਟਰ ਦੀ ਕਨਸਟੇਬਲ ਦੀ ਤਿਆਰੀ ਵੀ ਕੀਤੀ ਹੈ ਤਾਂ ਹੁਣ ਬੱਚੇ ਨੂੰ ਬੱਚੇ ਕੋਲ 옵ਸ਼ਨਸ ਬਹੁਤ ਨੇ ਜਿਹੜਾ ਬੱਚਾ ਇੱਕ ਐਗਜ਼ਾਮ ਕਲੀਅਰ ਕਰਦਾ ਹੈ ਉਹ ਕੱਲਾ ਇੱਕ ਐਗਜ਼ਾਮ ਕਲੀਅਰ ਨਹੀਂ ਕਰਦਾ ਉਹ ਤੋਤਨੇ ਪੇਪਰ ਇਕੱਠੇ ਕਲੀਅਰ ਕਰਦਾ ਹੁੰਦਾ ਤਾਂ ਉਹ ਕੀ ਕਰੇਗਾ ਕਿ ਮੰਨ ਲਓ ਅਗਰ ਗਾ ਅਗਰ ਨੂੰ ਵਧੀਆ oportunity ਮਿਲ ਰਹੀ ਹਤਾ ਹੈ ਕਿ ਨਹੀਂ ਇਸ ਕਰਕੇ vacancies ਜਿਹੜੀਆਂ ਨੇ ਨਾ ਫੁੱਲ ਪਰਦੀਆਂ ਹੀ ਨਹੀਂ ਕਦੇ ਵੀ backlog ਬਹੁਤ ਜ਼ਿਆਦਾ ਬਚ ਜਾਂਦਾ ਹੈ ਇਸ ਕਰਕੇ ਹਜੇ ਵੀ ਕੀ ਕਿਹਾ ਜਾ ਰਿਹਾ ਹੈ ਕਿ 2000 ਵੈਕੈਂਸੀ ਜਿਹੜੀਆਂ ਨੇ ਉਹ ਹਜੇ ਵੀ ਖਾਲੀ ਨੇ ਠੀਕ ਹੈ ਤਾਂ ਹੁਣ ਇਹਨਾਂ ਨੂੰ ਭਰਨ ਲਈ 1000 ਵੈਕੈਂਸੀਸ ਪਹਿਲਾਂ 2000 ਇਕੱਠੀਆਂ ਨਹੀਂ ਕਰ ਰਹੇ 1000 ਵੈਕੈਂਸੀਸ ਜਿਹੜੀਆਂ ਨੇ ਉਹ ਕੱਢਣਗੇ ਇਹ ਦੇਖੋ ਜੀ ਕੀ ਲਿਖਿਆ ਹੋਇਆ ਵੀ ਹੈਵ ਆਲਰੇਡੀ ਇਨੀਸ਼ੀਏਟਡ ਦਾ ਪ੍ਰੋਸੈਸ ਆਫ ਸਿਲੈਕਟਿੰਗ 1000 ਮੋਰ ਪਟਵਾਰੀ ਕਿ ਪ੍ਰੋਸੈਸ ਜਿਹੜਾ ਹੈ ਨਾ ਉਹ ਸ਼ੁਰੂ ਹੋ ਚੁੱਕਾ ਹੈ ਬੈਕ ਐਂਡ ਤੇ ਫਾਈਲ ਜਿਹੜੀ ਹੈ ਉਹ ਬਣਨੀ ਸ਼ੁਰੂ ਹੋ ਚੁੱਕੀ ਹੈ ਪ੍ਰੋਸੈਸ ਇਹਦਾ ਸਟਾਰਟ ਹੋ ਚੁੱਕਾ ਹੈ ਕਿ ਕਿਸ ਤਰੀਕੇ ਨਾਲ 1000 ਅਸੀਂ ਪਟਵਾਰੀ ਨਵੇਂ ਹਾਇਰ ਕਰਨੇ ਨੇ ਬਸ ਹੁ ਇੱਕ ਵਾਰ ਮੋਹਰ ਲੱਗਣ ਦੀ ਗੱਲ ਹੈ ਇੱਕ ਵਾਰੀ ਮੋਹਰ ਲੱਗੂਗੀ ਨਾਲ ਦੀ ਨਾਲ ਹੀ ਤੁਹਾਨੂੰ ਇੱਕ ਵਾਰ ਵੈਕੈਂਸੀ ਵੇਖਣ ਨੂੰ ਜ਼ਰੂਰ ਮਿਲੇਗੀ ਔਰ ਚਾਂਸਸ ਨੇ ਅਗਰ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ ਤਾਂ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਜਾਂ ਫਿਰ ਅਗਲੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਯਾਨੀ ਕਿ ਇਹ ਮੰਨ ਕੇ ਚੱਲੋ ਕਿ 10 ਸਤੰਬਰ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਹ ਨੋਟੀਫਿਕੇਸ਼ਨ ਵੇਖਣ ਨੂੰ ਮਿਲ ਜਾਏਗੀ ਹਜ਼ਾਰ ਪਟਵਾਰੀ ਦੀ ਔਰ ਇਹ ਗੱਲ ਕਈ ਕਿੰਨੇ ਆ ਦੇਖੋ ਜੀ ਜੋ ਬੋਲਦਾ ਹੈ ਨਾ ਉਸ ਦੀ ਜ਼बान ਜਿਹੜੀ ਉਹ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿ ਬੋਲਿਆ ਕਿੰਨੀ ਹੈ ਇਹ ਗੱਲ ਅਬ ਗੱਲ ਕਿੰਨੇ ਬੋਲੀ ਹੈ ਜੀ ਕੇ ਪੀ ਸਿਨਾ ਨੇ ਸਪੈਸ਼ਲ ਚੀਫ ਸਕੱਤਰਰੀ ਠੀਕ ਹੈ ਜੀ ਰਿਵੈਨਿਊ ਡਿਪਾਰਟਮੈਂਟ ਦੇ ਜਿਹੜੇ ਸਪੈਸ਼ਲ ਚੀਫ ਸਕੱਤਰਰੀ ਨੇ ਉਹਨਾਂ ਨੇ ਗੱਲ ਕੀਤੀ ਹੈ ਬਹੁਤ ਉੱਚੀ ਪੋਸਟ ਹੁੰਦੀ ਹੈ ਆਈਐਸ ਲੈਵਲ ਦਾ ਬੰਦਾ ਹੁੰਦਾ ਹੈ ਤਾਂ ਇਹਨਾਂ ਨੇ ਗੱਲ ਕਹੀ ਹੈ ਕਿ ਹਜ਼ਾਰ ਵੈਕੈਂਸੀਆਂ ਜਿਹੜੀਆਂ ਨੇ ਉਹਨਾਂ ਦੀ ਪ੍ਰੋਸੈਸ ਅਸੀਂ ਸ਼ੁਰੂ ਕਰ ਦਿੱਤੀ ਹੈ ਠੀਕ ਹੈ ਬੈਕਐਂਡ ਤੇ ਪ੍ਰੋਸੈਸ ਸ਼ੁਰੂ ਹੋ ਚੁੱਕੀ ਹੈ ਔਰ ਜਿਵੇਂ ਮਿਨਿਸਟਰੀ ਦੀ ਦੇ ਉੱਤੇ ਮੋਹਰ ਲੱਗੂਗੀ ਅਸੀਂ ਇਹਦੀ ਵੈਕੈਂਸੀ ਜਿਹੜੀ ਹੈ ਉਹ ਕੱਟ ਦਵਾਂਗੇ ਤਾਂ ਟੋਟਲ ਹਜ਼ਾਰ ਵੈਕੈਂਸੀਆਂ ਮੰਨ ਕੇ ਚੱਲੋ ਕਿ ਇਸ ਮਹੀਨੇ ਦੇ ਅਖੀਰ ਦੇ ਵਿੱਚ ਜਾਂ ਫਿਰ ਅਗਲੇ ਮਹੀਨੇ ਦੇ ਸ਼ੁਰੂਆਤ ਠੀਕ ਹੈ ਤਾਂ ਆਈ ਹੋਪ ਤੁਹਾਡੇ ਇਹ ਜਿਹੜੇ ਡਾਊਟ ਨੇ ਵੈਕੈਂਸੀ ਦੇ ਰਿਗਾਰਡਿੰਗ ਜਿਹੜੇ ਡਾਊਟ ਨੇ ਕਲੀਅਰ ਹੋ ਗਏ ਹੋਣਗੇ ਕਿ ਟੋਟਲ 3660 ਸਾਨੂੰ ਪਟਵਾਰੀ ਚਾਹੀਦੇ ਨੇ ਜਿਨ੍ਹਾਂ ਵਿੱਚ 2000 ਸੀਟਾਂ ਹਜੇ ਖਾਲੀ ਨੇ ਔਰ ਉਹ 2000 ਵਿੱਚੋਂ 1000 ਸੀਟਾਂ ਜਿਹੜੀਆਂ ਨੇ ਉਹ ਅਗਲੇ ਮਹੀਨੇ ਨੋਟੀਫਿਕੇਸ਼ਨ ਤੁਹਾਨੂੰ ਵੇਖਣ ਨੂੰ ਮਿਲ ਜੇਗੀ ਇਥੋਂ ਤੱਕ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਵੇਗਾ ਠੀਕ ਹੈ ਇਸ ਤੋਂ ਇਲਾਵਾ ਜਿਹੜੀ ਇਹ ਜਿਹੜੀ ਪਾਰਟਿਕੂਲਰ ਪੋਸਟ ਹੁੰਦੀ ਹੈ ਜਾਂ ਪਟਵਾਰੀ ਦੀ ਅਗਰ ਗੱਲ ਕਰੀਏ ਤਾਂ ਪਿਛਲੇ ਸਾਲ ਨਾਲ ਅਗਰ ਮੈਂ ਇਹਨੂੰ ਕੰਪੇਅਰ ਕਰਾਂ 2023 ਦੇ ਵਿੱਚ ਵੀ ਜਦੋਂ ਨੋਟੀਫਿਕੇਸ਼ਨ ਆਂਦੀ ਹੈ ਉਸ ਤੋਂ 3 ਮਹੀਨੇ ਦੇ ਅੰਦਰ-ਅੰਦਰ ਪੇਪਰ ਹੋ ਜਾਂਦਾ ਹੈ ਯਾਨੀ ਕਿ 6-7 ਮਹੀਨੇ ਦਾ ਪੂਰਾ ਪ੍ਰੋਸੈਸ ਹੁੰਦਾ ਹੈ ਔਰ ਤੁਹਾਡੀ ਜੁਆਇਨਿੰਗ ਵੀ ਹੋ ਜਾਂਦੀ ਹੈ ਇਹ ਗੱਲੋਂ ਮੈਂ ਕਹੂੰਗਾ ਕਿ ਸਰਕਾਰ ਥੋੜਾ ਫਾਸਟ ਕੰਮ ਕਰਦੀ ਹੈ ਕਿ ਰਿਕਰੂਟਮੈਂਟ ਅਗਰ ਆਈ ਹੈ ਉਸ ਦਾ ਪੇਪਰ ਜਲਦੀ ਕੰਡਕਟ ਕਰਾ ਕੇ ਉਸ ਨੂੰ ਫਟਾਫਟ ਪਟਵਾਰੀ ਦੇ ਕੇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਜਲਦੀ ਉਸ ਦੀ ਜੁਆਇਨਿੰਗ ਵੀ ਕਰਵਾ ਦਿੰਦੀ ਹੈ ਤਾਂ ਇਸਦੇ ਵੀ ਇਦਾਂ ਹੀ ਹੋਊਗਾ ਕਿ ਅਗਰ ਮੰਨ ਲਓ ਸਤੰਬਰ ਦੇ ਵਿੱਚ ਤੁਹਾਡੀ ਨੋਟੀਫਿਕੇਸ਼ਨ ਆ ਰਹੀ ਹੈ ਤਾਂ ਇਹ ਮੰਨ ਕੇ ਚੱਲੋ ਕਿ ਦਸੰਬਰ ਦੇ ਵਿੱਚ ਜਾਂ ਦਸੰਬਰ ਦੇ ਅੰਡੇ ਤੱਕ ਤੁਹਾਡਾ ਪੇਪਰ ਵੀ ਕੰਡਕਟ ਕਰਵਾ ਲਿਆ ਜਾਏਗਾ ਠੀਕ ਹੈ ਨਾ ਤਾਂ ਤਿਆਰੀ ਜਿਹੜੀ ਹੈ ਤੁਸੀਂ ਵਧੀਆ ਤਰੀਕੇ ਨਾਲ ਵੀ ਰੱਖਣੀ ਹੈ ਆਪਣੀ ਬਾਕੀ ਹੁਣ ਜੇਕਰ ਤਿਆਰੀ ਦੀ ਗੱਲ ਕਰਾਂ ਤਾਂ ਇੱਕ ਵਾਰੀ ਤੁਹਾਨੂੰ ਕੁਆਲੀਫਿਕੇਸ਼ਨ ਦਾ ਪਤਾ ਹੋਣਾ ਚਾਹੀਦਾ ਹੈ ਕਿ ਕੁਆਲੀਫਿਕੇਸ਼ਨ ਕੀ ਹੈ ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਹੈ ਤਾਂ 2023 ਦੀ ਨੋਟੀਫਿਕੇਸ਼ਨ ਦੇ ਵਿੱਚ ਕੀ ਲਿਖਿਆ ਸੀਗਾ ਕਿ ਇੱਕ ਤਾਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤਾ ਮੈਨੂੰ ਨਹੀਂ ਲੱਗਦਾ ਕਿ ਇਹ ਗ੍ਰੈਜੂਏਸ਼ਨ ਵਾਲੀ ਗੱਲ ਜਿਹੜੀ ਆ ਉਹ ਚੇਂਜ ਹੋਏਗੀ ਗ੍ਰੈਜੂਏਸ਼ਨ ਕੁਆਲੀਫਿਕੇਸ਼ਨ ਤਾਂ ਘੱਟੋ ਘੱਟ ਹੋਣੀ ਹੋਣੀ ਹੈ ਠੀਕ ਹੈ ਤਾਂ ਗ੍ਰੈਜੂਏਸ਼ਨ ਤਾਂ ਬਈ ਹੋਣੀ ਚਾਹੀਦੀ ਹੈ ਘੱਟੋ ਘੱਟ ਸਾਡੇ ਕੋਲੋਂ ਦੂਸਰੇ ਨੰਬਰ ਤੇ 120 ਕੈਂਟ ਦੇ ਕੋਰਸ ਉਹ ਜਿਹੜਾ ਕੰਪਿਊਟਰ ਦਾ ਕੋਰਸ ਹੁੰਦਾ 120 ਘੰਟੇ ਦਾ ਉਹ ਵੀ ਹੋਣਾ ਚਾਹੀਦਾ ਹੈ ਦੇਖੋ ਇਹ ਚੇਂਜ ਨਹੀਂ ਹੋਇਆ ਤੁਸੀਂ ਹੁਣ ਕਮੈਂਟ ਸੈਕਸ਼ਨ ਦੇ ਵਿੱਚ ਇਹ ਨਾਲ ਲਿਖਣਾ ਕਿ ਇਹਨੂੰ ਅਬੋਲਿਸ਼ ਕਰ ਦਿੱਤਾ ਗਿਆ ਹੈ ਜਾਂ 120 ਘੰਟੇ ਦਾ ਕੋਰਸ ਨਹੀਂ ਹੋਏਗਾ ਉਹ ਨੋਟੀਫਿਕੇਸ਼ਨ ਦੱਸੇਗੀ ਅਗਲੇ ਮਹੀਨੇ ਜਿਹੜੀ ਨੋਟੀਫਿਕੇਸ਼ਨ ਹੋਏਗੀ ਉਹ ਡਿਸਾਈਡ ਕਰੇਗੀ ਕਿ 120 ਘੰਟੇ ਵਾਲਾ ਕੋਰਸ ਕਰਨਾ ਹੈ ਜਾਂ ਨਹੀਂ ਕਰਨਾ ਹੈ ਬਟ ਹਾਂ ਜੇਕਰ ਤੁਸੀਂ ਪੰਜਾਬ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਮੈਂ ਕਹੂੰਗਾ ਕਿ ਭਾਈ ਇਹ ਕੰਮ ਤੁਸੀਂ ਪਹਿਲਾਂ ਹੀ ਕਰ ਲਓ ਠੀਕ ਹੈ ਆ ਜਿਹੜਾ ਕੋਰਸ ਹੈ ਤੁਹਾਡੇ ਕੋਲ ਹੋਣਾ ਚਾਹੀਦਾ ਕਿਉਂਕਿ ਉਹ ਸਾਰੀ ਵੈਕੈਂਸੀਜ਼ ਆਉਂਦੀਆਂ ਨੇ ਔਰ ਜ਼ਿਆਦਾਤਰ ਵੈਕੈਂਸੀਜ਼ ਦੇ ਵਿੱਚ 120 ਘੰਟੇ ਵਾਲਾ ਕੋਰਸ ਜ਼ਰੂਰ ਮੰਗਿਆ ਹੁੰਦਾ ਠੀਕ ਹੈ ਬਟ ਹਾਂ ਅਗਰ ਤੁਸੀਂ BCA ਕੀਤੀ ਹੋਈ ਹੈ ਠੀਕ ਹੈ BSC IT ਕੀਤੀ ਹੋਈ ਹੈ ਜਾਂ ਫਿਰ BSC ਕੰਪਿਊਟਰ ਸਾਇੰਸ ਕੀਤੀ ਹੋਈ ਹੈ ਠੀਕ ਹੈ ਜਾਂ ਫਿਰ BTech ਕੀਤੀ ਹੋਈ ਹੈ ਕੰਪਿਊਟਰ ਸਾਇੰਸ ਦੇ ਵਿੱਚ IT ਦੇ ਵਿੱਚ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਤਾਂ ਫਿਰ ਤੁਹਾਨੂੰ ਜ਼ਰੂਰਤ ਨਹੀਂ ਹੈ ਹੈਨਾ ਜਾਨੀ ਕਿ ਅਗਰ ਗ੍ਰੈਜੂਏਸ਼ਨ ਦੇ ਵਿੱਚ ਵੀ ਤੁਸੀਂ ਕੰਪਿਊਟਰ ਨਾਲ ਰਿਲੇਟਡ ਹੀ ਕੋਈ ਕੋਰਸ ਕੀਤਾ ਹੋਇਆ ਤਾਂ ਫਿਰ ਤੁਹਾਨੂੰ 120 ਕਿੰਟ ਹੈ ਦੇ ਕੋਰਸ ਦੀ ਲੋੜ ਨਹੀਂ ਹੈ ਲੇਕਿਨ ਅਗਰ ਤੁਸੀਂ ਬੀਏ ਕੀਤੀ ਹੈ ਜਾਂ ਬੀਕੋਮ ਕੀਤੀ ਹੈ ਜਾਂ ਬੀਬੀਏ ਕੀਤੀ ਹੈ ਠੀਕ ਹੈ ਬੀਐਸਸੀ ਵਗੈਰਾ ਕੀਤੀ ਹੈ ਤਾਂ ਫਿਰ ਤੁਹਾਨੂੰ 120 ਕਿੰਟ ਹੈ ਵਾਲਾ ਕੋਰਸ ਵੀ ਚਾਹੀਦਾ ਹੈ ਠੀਕ ਹੈ ਜੇ ਬੀਟੈਕ ਕੀਤੀ ਹੈ ਸਿਵਲ ਇੰਜੀਨੀਅਰਿੰਗ ਦੇ ਵਿੱਚ ਤਾਂ ਫਿਰ ਤੁਹਾਨੂੰ 120 ਕਿੰਟ ਹੈ ਦਾ ਕੋਰਸ ਚਾਹੀਦਾ ਹੋਏਗਾ ਠੀਕ ਹੈ ਉਸ ਤੋਂ ਬਾਅਦ 10th ਲੈਵਲ ਤੱਕ ਤੁਹਾਡੀ ਪੰਜਾਬੀ ਤਾਂ ਹੋਣੀ ਚਾਹੀਦੀ ਹੈ ਇਹ ਤਾਂ ਹੈ ਹੀ ਹੈ ਠੀਕ ਹੈ ਨਾ ਕਿਉਂਕਿ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਿਛ ਹੋਇਆ ਸੀ ਕਿ ਨਾ ਪਹਿਲਾ ਪੇਪਰ ਪੰਜਾਬੀ ਦਾ ਸੀਗਾ ਜਿਹੜਾ 50 ਨੰਬਰ ਦਾ ਸੀਗਾ ਫਿਰ 100 ਨੰਬਰ ਦਾ ਆਪਣਾ ਬਾਕੀ ਪੇਪਰ ਸੀਗਾ ਜਿਸ ਦੇ ਵਿੱਚ 25 ਨੰਬਰ ਦੀ ਜੀਐਸ 25 ਨੰਬਰ ਦੀ ਮੈਥ ਤੇ ਰੀਜ਼ਨਿੰਗ 0 ਨੰਬਰ ਦਾ ਕੰਪਿਊਟਰ 16 ਨੰਬਰ ਦੀ ਪੰਜਾਬ ਜੀਕੇ ਇਸ ਤਰੀਕੇ ਨਾਲ ਹੈ ਨਾ 12 ਨੰਬਰ ਦੀ ਇੰਗਲਿਸ਼ ਤੇ 13 ਨੰਬਰ ਦੀ ਪੰਜਾਬੀ ਟੋਟਲ 100 ਸਵਾਲ ਆਏ ਸੀਗੇ ਠੀਕ ਹੈ ਤਾਂ ਸਿਲੇਬਸ ਜਿਹੜਾ ਹੈ ਉਹ ਆਲਮੋਸਟ ਸੇਮ ਹੋਏਗਾ ਹੋ ਸਕਦਾ ਪੈਟਰਨ ਦੇ ਵਿੱਚ ਕੁਝ 19 21 ਕਰ ਦੇਣ ਪਰ 19 21 ਕਰਨਗੇ 1921 ਉਹ ਨਹੀਂ ਕਰਨਗੇ ਠੀਕ ਹੈ ਥੋੜਾ ਬਹੁਤ ਪੈਟਰਨ ਦੇ ਵਿੱਚ ਚੇਂਜ ਹੋਣ ਦੇ ਚਾਂਸਸ ਨੇ ਗਾਰੰਟੀ ਕੋਈ ਨਹੀਂ ਹੈ ਲੇਕਿਨ ਸਿਲੇਬਸ ਜਿਹੜਾ ਉਹ ਸੇਮ ਹੋਏਗਾ ਉਹੀ ਪੰਜਾਬੀ ਉਹੀ ਅੰਗਰੇਜ਼ੀ ਮੈਥ ਰੀਜ਼ਨਿੰਗ ਪੰਜਾਬ ਜੀਕੇ ਹੋਗੀ ਜਾਂ ਸਾਡੀ ਜੀਐਸ ਹੋਗੀ ਸੇਮ ਚੀਜ਼ੇ ਰਹਿਣਗੀਆਂ ਠੀਕ ਹੈ ਤਾਂ ਆਈ ਹੋਪ ਤੁਹਾਡੇ ਜਿੰਨੇ ਵੀ ਡਾਊਟ ਨੇ ਉਹ ਸਾਰੇ ਨਿਕਲ ਗਏ ਹੋਣਗੇ ਸਟਿਲ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਇਸ ਰਿਕਰੂਟਮੈਂਟ ਬਾਰੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਤੁਸੀਂ ਕਮੈਂਟ ਕਰੋਗੇ ਮੈਂ ਰਿਪਲਾਈ ਕਰੂੰਗਾ ਠੀਕ ਹੈ ਬਾਕੀ ਹਜ਼ਾਰ ਵੈਕੈਂਸੀਆਂ ਦੀ ਕਨਫਰਮੇਸ਼ਨ ਫੁੱਲ ਹੈ ਅਗਲੇ ਮਹੀਨੇ ਤੱਕ ਤੁਹਾਨੂੰ ਇਹ ਵੈਕੈਂਸੀਸ ਦੇਖਣ ਨੂੰ ਮਿਲਣਗੀਆਂ ਤਿਆਰੀ ਕਿਵੇਂ ਕਰਨੀ ਹੈ ਤਿਆਰੀ ਸਾਡੇ YouTube ਚੈਨਲ ਦੇ ਮਾਧਿਅਮ ਨਾਲ ਕਰਨੀ ਹੈ ਅਸੀਂ ਪੀਟ ਸਬੀ ਸੀਨੀਅਰ ਅਸਿਸਟੈਂਟ ਦੀ ਜਿਹੜੀ ਸੀਰੀਜ਼ ਚਲਾਈ ਹੋਈ ਹੈ ਤੁਸੀਂ ਉਸੇ ਸੀਰੀਜ਼ ਨੂੰ ਹੀ ਫੋਲੋ ਕਰਨਾ ਹੈ ਪੰਜਾਬ ਪਟਵਾਰੀ ਦੀ ਤਿਆਰੀ ਵੀ ਉਹਦੇ ਵਿੱਚ ਹੋ ਰਹੀ ਹੈ ਠੀਕ ਹੈ ਕਿਉਂਕਿ ਦੇਖੋ ਸਿਲੇਬਸ ਸੇਮ ਹੁੰਦਾ ਸਾਰਿਆਂ ਦਾ ਉਹੀ ਪੰਜਾਬ ਜੀ ਕਿਹ ਹੈ ਉਹੀ ਸਾਡੀ ਪੰਜਾਬੀ ਹੈ ਹਣਾ ਉਹੀ ਮੈਥ ਉਹੀ ਰੀਜ਼ਨਿੰਗ ਹੈ ਸੇਮ ਚੀਜ਼ਾਂ ਅਸੀਂ ਕਰਵਾ ਰਹੇ ਹਾਂ ਤੁਹਾਨੂੰ ਔਰ ਪਟਵਾਰੀ ਦੇ ਵਿੱਚ ਵੀ ਤੁਹਾਡੀ ਕਾਫੀ ਹੈਲਪ ਕਰਨਗੀਆਂ ਤੁਸੀਂ ਤਿਆਰੀ ਕਰਨਾ ਸ਼ੁਰੂ ਕਰੋ ਲਾਈਵ ਕਲਾਸ ਵੇਖਿਆ ਕਰੋ 9 ਵਜੇ ਕਰੰਟ ਅਫੇਅਰ 11 ਵਜੇ ਮੈਥ 1 ਵਜੇ ਤੁਹਾਡਾ 1:30 ਵਜੇ ਤੁਹਾਡਾ ਜੀਐਸ ਵਾਲਾ ਪੋਰਸ਼ਨ ਹੁੰਦਾ ਔਰ 4:30 ਵਜੇ ਤੁਹਾਡਾ ਰੀਜ਼ਨਿੰਗ ਤੇ ਇੰਗਲਿਸ਼ ਵਾਲੀ ਕਲਾਸਿਸ ਹੁੰਦੀਆਂ ਨੇ ਤੁਸੀਂ ਰੋਜ਼ ਵੇਖਣੀਆਂ ਉਹ ਕਲਾਸਿਸ ਲਾਈਵ ਵੇਖੋ ਨੋਟਸ ਤੁਹਾਨੂੰ ਸਾਡੇ ਟੈਲੀਗ੍ਰam ਤੇ ਮਿਲਣਗੇ ਟੈਲੀਗ੍ਰam ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲਿਆ ਹੋਇਆ ਠੀਕ ਹੈ ਸਾਡੀ ਵੈਬਸਾਈਟ ਵੀ ਹੈਗੀ ਹੈ rozgarpunjab.com ਤੁਸੀਂ ਉਹਦੇ ਤੇ ਜਾ ਕੇ ਵੀ ਤੁਹਾਨੂੰ ਪਟਵਾਰੀ ਨਾਲ ਰਿਲੇਟਡ ਵੀਡੀਓ ਲੈਕਚਰਸ ਮਿਲ ਜਾਣਗੇ ਕਲਾਸ ਨੋਟਸ ਮਿਲ ਜਾਣਗੇ ਟੈਸਟ ਸੀਰੀਜ਼ ਮਿਲ ਜੂਗੀ ਤੁਸੀਂ ਉਹ ਵੀ ਸਬਸਕ੍ਰਾਈਬ ਜਿਹੜਾ ਉਹ ਕਰ ਸਕਦੇ ਹੋ ਠੀਕ ਹੈ ਤਾਂ ਆਈ ਹੋਪ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਏਗੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਇੱਕ ਵਾਰ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਨਵੇਂ ਹੋ ਤਾਂ ਬਾਕੀ ਸ਼ੇਅਰ ਜਰ ਕਰੋ ਆਪਣੇ ਦੋਸਤਾਂ ਨਾਲ ਕਿਉਂਕਿ ਹੁਣ ਰੋਜ਼ਗਾਰ ਪੰਜਾਬ ਆ ਚੁੱਕਿਆ ਹੈ ਤੁਹਾਡੀ ਸਹਾਇਤਾ ਕਰਨ ਜਿਹੜਾ ਵੀ ਤੁਸੀਂ ਐਗਜ਼ਾਮ ਦੋਵੋਗੇ ਤੁਹਾਡੀ ਪੂਰੀ ਹੈਲਪ ਕੀਤੀ ਜਾਊਗੀ ਪੰਜਾਬ ਦਾ ਕੋਈ ਵੀ ਪੇਪਰ ਹੋਵੇ ਭਾਵੇਂ ਪਟਵਾਰੀ ਹੈ ਭਾਵੇਂ ਨਾਇਬ ਤਹਿਸੀਲਦਾਰ ਅੱਗੇ ਆਉਣ ਵਾਲੇ ਇਸ ਟਾਈਮ ਦੇ ਵਿੱਚ ਦੇਖੋ ਸਬ ਇੰਸਪੈਕਟਰ ਦੀ ਵੈਕੈਂਸੀ ਵੀ ਆਉਣ ਵਾਲੀ ਹੈ ਜੇਲ ਬਟਨ ਦੀ ਵੈਕੈਂਸੀ ਆਉਣ ਵਾਲੀ ਹੈ ਕਨਸਟੇਬਲ ਦੀ ਵੈਕੈਂਸੀ ਵੀ ਅਗਲੇ ਸਾਲ ਦੇਖਣ ਨੂੰ ਮਿਲੇਗੀ ਕੋਆਪਰੇਟਿਵ ਇੰਸਪੈਕਟਰ ਕਾਫੀ ਟਾਈਮ ਤੋਂ ਪੈਂਡਿੰਗ ਚੱਲ ਰਿਹਾ ਹੈ ਕੋਆਪਰੇਟਿਵ ਦੀ ਵੀ ਵੈਕੈਂਸੀ ਆਊਗੀ ਨਾਇਬ ਤਹਿਸੀਲਦਾਰ ਦੀ ਵੀ ਵੈਕੈਂਸੀ ਆਊਗੀ ਇਹ ਸਾਰੇ ਐਗਜ਼ਾਮ ਦੀ ਤਿਆਰੀ ਜਿਹੜੀ ਇਹ ਰੁਜ਼ਗਾਰ ਪੰਜਾਬ ਦੇ ਉੱਤੇ ਹੀ ਹੋਏਗੀ ਇਹਦੇ ਨਾਲ ਨਾਲ ਪੀਸੀਐਸ ਦਾ ਅਗਰ ਪ ਪੀ ਸਟੱਟ ਹੋ ਗਿਆ ਮਾਸਟਰ ਕੈਡਰ ਹੋ ਗਿਆ ਟੀਚਿੰਗ ਦੇ ਜਿਹੜੇ ਐਗਜ਼ਾਮਸ ਨੇ ਉਹਨਾਂ ਦੀ ਤਿਆਰੀ ਵੀ ਇਸੇ YouTube ਚੈਨਲ ਦੇ ਮਾਧਿਅਮ ਨਾਲ ਹੀ ਤੁਹਾਨੂੰ ਕਰਵਾਈ ਜਾਏਗੀ ਜਾਨੀ ਕਿ ਜਿੰਨੇ ਵੀ ਪੰਜਾਬ ਦੇ ਗਵਰਨਮੈਂਟ ਐਗਜ਼ਾਮ ਨੇ ਜਾਂ ਜਿੰਨੇ ਵੀ ਟੀਚਿੰਗ ਐਗਜ਼ਾਮ ਨੇ ਉਹ ਸਾਰਿਆਂ ਦੀ ਤਿਆਰੀ ਇੱਕੋ YouTube ਚੈਨਲ ਤੇ ਇੱਕੋ ਜਗ੍ਹਾ ਤੇ ਇੱਕੋ ਵੈਬਸਾਈਟ ਤੇ ਤੁਹਾਨੂੰ ਸਾਰਾ ਕੁਝ ਵੇਖਣ ਨੂੰ ਮਿਲੇਗਾ ਠੀਕ ਹੈ ਤਾਂ ਤੁਸੀਂ ਕਰਨਾ ਕੀ ਹੈ ਬਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਬਾਕੀ ਹੁਣ ਇਸੇ ਹੋਰ ਇਨਫੋਰਮੇਸ਼ਨ ਜਿਵੇਂ ਸਾਨੂੰ ਮਿਲੂਗੀ ਅਸੀਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਜਾਂ ਜਿਵੇਂ ਵੀ ਨੋਟੀਫਿਕੇਸ਼ਨ ਆਏਗੀ ਤੁਹਾਨੂੰ ਸਾਡੇ ਟੈ ਸਾਡੀ ਆਪਣਾ ਸਾਡੇ YouTube ਦੇ ਮਾਧਿਅਮ ਨਾਲ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਤੁਸੀਂ ਕਮੈਂਟ ਕਰੋ ਕੋਈ ਵੀ ਤੁਹਾਡੀ ਕੁਇਰੀ ਹੁੰਦੀ ਹੈ ਤੁਸੀਂ ਕਮੈਂਟ ਜਰੂਰ ਕਰਨਾ ਮੈਂ ਕੋਸ਼ਿਸ਼ ਕਰੂੰਗਾ ਰਿਪਲਾਈ ਕਰਨ ਦੀ ਬਾਕੀ ਹੁਣ ਮਿਲਦੇ ਹਾਂ ਜੀ ਨੈਕਸਟ ਸੈਸ਼ਨ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਵੈਰੀ ਮਚ ਬਾਏ ਬਾਏ ਜੀ ਧੰਨਵਾਦ ਜੀ